ਇੰਡੀਆ ਨੂੰ ਲੈ ਕੇ ਜੀ ਹਾਲੇ ਵੀ ਕਾਂਗਰਸ ਦੇ ਵੀ ਕੁਝ ਵਿਰੋਧ ਕਰ ਰਹੇ ਨੇ ਕਿ ਆ ਆ ਪਾਰਟੀ ਨੇ ਮੇਰੀ ਗੱਲ ਨੂੰ ਸੁਣੋ ਜੀ ਜੀ ਮੇਰੀ ਗੱਲ ਨੂੰ ਸੁਣੋ ਜੀ ਕੋਈ ਕੁਛ ਵੀ ਕਰੀ ਜਾਵੇ ਜੀ ਕੋਈ ਕੁਛ ਵੀ ਕਰੀਏ ਫਿਰ ਉਹ ਜੋ ਰਾਸ਼ਟਰ ਹਿੱਤ ਚ ਹੋਊਗਾ ਜੀ ਜੀ ਜੋ ਅਖੰਡ ਭਾਰਤ ਦੇ ਲਈ ਹੋਊਗਾ ਜੀ ਜੋ ਜੁੜੇ ਹੋਏ ਭਾਰਤ ਦੇ ਲਈ ਹੋਊਗਾ ਜੋੜਨ ਵਾਲੇ ਨੂੰ ਮਾਨ ਤੋੜਨ ਵਾਲੇ ਨੂੰ ਅਪਮਾਨ ਉਸੇ ਹਿੱਤ ਦੇ ਵਿੱਚ ਹਾਈ ਕਮਾਂਡ ਫੈਸਲਾ ਲਏਗੀ ਔਰ ਸਿਪਾਹੀ ਜਰਨੈਲ ਨੂੰ ਸਵਾਲ ਨਹੀਂ ਕਰਦਾ ਜੋ ਫੈਸਲਾ ਹੁੰਦਾ ਹੈ ਅਨੁਸ਼ਾਸਨ ਜੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਉਸ ਗੱਲ ਨੂੰ ਮੰਨਦਾ ਹੈ ਜੋ ਅਨੁਸ਼ਾਸਨ ਪਾਲੇਗਾ ਮਿੱਤਰਾ ਉਹੀ ਸ਼ਾਸਨ ਪਾਲੇਗਾ ਆਸ਼ੀਰਵਾਦ ਇਹੀ ਆਸ਼ੀਰਵਾਦ ਮੰਗਿਆ ਉਹਨਾਂ ਤੋਂ ਜੀ ਕਿ ਪੰਜਾਬ ਦੇ ਕਲਿਆਣ ਦੇ ਵਿੱਚ ਹਰ ਪੰਜਾਬੀ ਦਾ ਕਲਿਆਣ ਨਿਹਿਤ ਕਰ ਔਰ ਪੰਜਾਬ ਦੇ ਵਿੱਚ ਅਗਰ ਕੋਈ ਰੱਬ ਹੈ ਤੇ 3 ਕਰੋੜ ਪੰਜਾਬੀ ਆਪਣਾ ਭਵਿੱਖ ਅਗਰ ਉਹਨਾਂ ਨੇ ਬਣਾਉਣਾ ਤੇ ਸੱਚ ਦੇ ਮਾਰਗ ਤੇ ਚੱਲਣ ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਨ ਤੇ ਸਿੱਧੂ ਸਾਹਿਬ ਅਗਵਾਈ ਲੈ ਕੇ ਜਾ ਰਹੇ ਨੇ ਇੱਥੋਂ ਮੇਰੀ ਗੱਲ ਸੁਣ ਮਿੱਤਰ ਪਿਆਰੇ ਅਗਵਾਈ ਕੋਈ ਲੈ ਨਹੀਂ ਸਕਦਾ ਅਗਵਾਈ ਨਜ਼ਰੇ ਇਨਾਇਤ ਨਾਲ ਆਉਂਦੀ ਹੈ ਤੇ ਜਿਹਦੇ ਤੇ ਨਜ਼ਰੇ ਇਨਾਇਤ ਹੋ ਜੇ ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਮੰਗਦੇ ਸੌਦੇਬਾਜ਼ ਨੇ ਪਰਮਾਤਮਾ ਦੇ ਘਰ ਦੇ ਵਿੱਚ ਬੱਚਾ ਬਣ ਕੇ ਆਈਦਾ ਔਰ ਕਹੀਦਾ ਰਜ਼ਾ 'ਚ ਰਾਜ਼ੀ ਆ ਤੇ ਪੰਜਾਬ ਬਾਰੇ ਕੀ ਕਰ ਰਹੇ ਹੁਣ ਪੰਜਾਬ ਬਾਰੇ ਮੈਂ ਕਿਹਾ ਨਾ ਕਿ ਦੁਸ਼ਟਾਂ ਦਾ ਵਿਨਾਸ਼ ਹੋ ਧਰਮ ਦੀ ਸਥਾਪਨਾ ਹੋ ਸੱਚ ਦੀ ਜਿੱਤ ਹੋ ਹੱਕ ਸੱਚ ਦੀ ਲੜਾਈ ਦੇ ਉੱਤੇ ਜਿਹੜਾ ਲੜੂ ਉਹੀ ਰਹੂ ਆਕੀ ਰਹੇ ਨਾ ਕੋਈ ਲਾਲੀ ਜੀ ਨੂੰ ਸਾਈਡ ਤੇ ਲਾ ਰੱਖਿਆ ਗਿਆ ਕਾਂਗਰਸ ਮੈਂ ਕੀ ਕਹਿੰਦਾ ਛੋਟੇ 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 ਇਸ਼ੂਆਂ ਦੇ ਵਿੱਚ ਮੈਂ ਗੱਲ ਸਮੁੰਦਰ ਦੀ ਕਰਦਾ ਤੂੰ ਟੋਪੇ ਦੀ ਕਰਦਾ ਮਿੱਤਰਾ ਫਿਰ ਉਹੀ ਗੱਲ ਮੈਂ ਕਿਹਾ ਨਾ ਕਿ ਲਾਲੀ ਨੂੰ ਕੋਈ ਰੋਕ ਹੀ ਨਹੀਂ ਸਕਦਾ ਲਾਲੀ ਇੱਕ ਸੱਚਾ ਸਿਪਾਹੀ ਹੈ ਕਾਂਗਰਸ ਦਾ ਸਿਪਾਹੀ ਕਦੇ ਬਦਲੇ ਚ ਕੁਛ ਮੰਗਦਾ ਸਮਝਿਆ ਨੀ ਉਹਦੇ ਮਤਲਬ ਸਿੱਧਾ ਕਹਿੰਦਾ ਕਿ ਪ੍ਰਣ ਕਰਤੇ ਹੈ ਆਜ਼ਾਦੀ ਕੀ ਸ਼ਾਮ ਨਹੀਂ ਹੋਣੇ ਦੇਗੀ ਵੀਰੋਂ ਕੀ ਸਮਾਧੀਓ ਕੋ ਬਦਨਾਮ ਨਹੀਂ ਹੋਣੇ ਦੇਗੀ ਜਬ ਤੱਕ ਤਨ ਮੇ ਗਰਮ ਲਹੂ ਕੀ ਇੱਕ ਬੂੰਦ ਵੀ ਬਾਕੀ ਹੈ ਭਾਰਤ ਮਾਤਾ ਕਾ ਆਂਚਲ ਨੀਲਾਮ ਨਹੀਂ ਹੋ ਗੱਲ ਖਤਮ ਇੰਡੀਆ ਨੂੰ ਲੈ ਕੇ ਜੀ ਹਾਲੇ ਵੀ ਕਾਂਗਰਸ ਦੇ ਵੀ ਕੁਝ ਵਿਰੋਧ ਕਰ ਰਹੇ ਨੇ ਦੇਖੋ ਆ ਪਾਰਟੀ ਨੇ ਮੇਰੀ ਗੱਲ ਨੂੰ ਸੁਣੋ ਜੀ ਜੀ ਮੇਰੀ ਗੱਲ ਨੂੰ ਸੁਣੋ ਜੀ ਕੋਈ ਕੁਛ ਵੀ ਕਰੀ ਜਾਵੇ ਜੀ ਕੋਈ ਕੁਛ ਵੀ ਕਰੀਏ ਫਿਰ ਉਹ ਜੋ ਰਾਸ਼ਟਰ ਹਿੱਤ ਚ ਹੋਊਗਾ ਜੀ ਜੀ ਜੋ ਅਖੰਡ ਭਾਰਤ ਦੇ ਲਈ ਹੋਊਗਾ ਜੀ ਜੋ ਜੁੜੇ ਹੋਏ ਭਾਰਤ ਦੇ ਲਈ ਹੋਊਗਾ ਜੋੜਨ ਵਾਲੇ ਨੂੰ ਮਾਨ ਤੋੜਨ ਵਾਲੇ ਨੂੰ ਅਪਮਾਨ ਉਸੇ ਹਿੱਤ ਦੇ ਵਿੱਚ ਹਾਈ ਕਮਾਂਡ ਫੈਸਲਾ ਲਏਗੀ ਔਰ ਸਿਪਾਹੀ ਜਰਨੈਲ ਨੂੰ ਸਵਾਲ ਨਹੀਂ ਕਰਦਾ ਜੋ ਫੈਸਲਾ ਹੁੰਦਾ ਹੈ ਅਨੁਸ਼ਾਸਨ ਜੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਉਸ ਗੱਲ ਨੂੰ ਮੰਨਦਾ ਹੈ ਜੋ ਅਨੁਸ਼ਾਸਨ ਪਾਲੇਗਾ ਮਿੱਤਰਾ ਉਹੀ ਸ਼ਾਸਨ ਪਾਲੇਗਾ।